हफ्ते 194 FIR दर्ज हुई हैं, जिदे 258 जिहड़े ने अक्यूज अरैसट किए गए हैं। ये 194 FIR चो 31 FIR कमर्शियल क्वांटिटी दी हैं, जिदे 40 जिहड़े ने वड्डे समगलर अरैसट किए गए, 147 FIR मीडियम क्वांटिटी दी हैं, 16 FIR जिहड़ियां ने स्मॉल क्वांटिटी दी हैं। सब तो वध FIR पटियाले दे विच 23 दर्ज हुई हैं, 17 फिरोजपुर च दर्ज हुई हैं, 11 FIR बठिंडा च दर्ज हुई हैं। कमर्शियल क्वांटिटी दी FIR दे विच 8 पटियाले च दर्ज हुई हैं, 4 पठानकोट ते 4 तरनतारन दे विच दर्ज हुई हैं। इस हफ्ते दे दौरान काफ़ी वड्डी मात्रा दे विच हैरोइन दी रिकवरी हुई है, जिहदे च जिहड़ी 31 किलो दी रिकवरी है जिहड़ी ओह फाजिलका दे विच होई सीगी, जिहड़ी कि उत्थे बॉर्डर तों लैके जा रहे सीगे, 2 बंदे अरैसट कीते सी। सो इस हफ्ते दे दौरान 41 किलो दी जिहड़ी रिकवरी है, 41 kg दी रिकवरी हैरोइन दी हुई है, 13 किलो दी रिकवरी ओपीएम दी हुई है, 481 किलो दी रिकवरी पॉपी हस्क दी हुई है, 5 किलो दे आसपास दी रिकवरी चरस दी हुई है और 53 किलो दी रिकवरी गांजा दी हुई है। इंजैक्शन टैबलेट कैप्सूल सिरप्स जिहड़े ने मैडिकल ड्रग्स आ उहदी 528,794 यूनिट्स दी रिकवरी हुई है। ड्रग मनी 20,47,940 जिहड़े रुपए ने ड्रग मनी रिकवर हुई है और POs दी जिहड़ी आपां स्पैशल कैंपेन चलाया उहदे च हर हफ्ते दी तरह इस हफ्ते भी 15 ड्रग्स दे नाल रिलेटड जिहड़े PO अरैसट कीते ने और जुलाई तो लैके हुण तक जिहड़ा कैंपेन चलाया उहदे विच 623 PO अरैसट होए ने। सो ये ड्रग्स दे उत्ते आ जिहदे च काफ़ी वड्डी मात्रा दे विच रिकवरी हुई है। इस तो अलावा एक होर स्पैशल कैंपेन आपां चलाया सीगा चाइना डोर दे खिलाफ जिहड़ा कि लगातार जारी आ, कुछ इंसीडेंट भी मंदभागे जिहड़े आ उह देखण च आए आ, ਉਹ ਇਸੇ ਕਰਕੇ ਸਾਰੇ ਕਮਿਸ਼ਨਰ SSPs ਨੂੰ ਸਖਤ ਹਦਾਇਤਾਂ DGP ਸਾਹਿਬ ਨੇ ਕੀਤੀਆਂ ਸੀਗੀਆਂ। ਔਰ ਚਾਈਨਾ ਡੋਰ ਦੇ ਇਸ ਹਫਤੇ ਦੇ ਦੌਰਾਨ 176 ਪਰਚੇ ਦਰਜ ਹੋਏ ਆ, 188 ਅਕਿਊਜ਼ਡ ਉਹਦੇ ਵਿੱਚ ਅਰੈਸਟ ਹੋਏ ਆ ਔਰ 10,269 ਜਿਹੜੇ ਗੱਟੇ ਆ ਚਾਈਨਾ ਡੋਰ ਦੇ ਉਹ ਪੁਲਿਸ ਨੇ ਸੀਜ਼ ਕੀਤੇ ਆ। ਔਰ ਇਹ ਸਪੈਸ਼ਲ ਕੈਂਪੇਨ ਜਿਹੜਾ ਚਾਈਨਾ ਡੋਰ ਦੇ ਖਿਲਾਫ਼ ਅਭੀ ਜਾਰੀ ਰਹੇਗਾ ਕਿਉਂਕਿ ਕਾਫ਼ੀ ਇੰਸੀਡੈਂਟਸ ਐਸੇ ਦੇਖਣ ਨੂੰ ਆਏ ਜਿਵੇਂ ਕਿ ਹਿਊਮਨ ਲਾਈਫ ਵਾਸਤੇ ਵੱਡੇ ਥਰੈਟਨਿੰਗ ਇੰਸੀਡੈਂਟਸ ਹੁੰਦੇ ਆ। 188 ਅਕਿਊਜ਼ ਅਰੈਸਟ ਹੋਏ ਆ ਚਾਈਨਾ ਡੋਰ ਦੇ ਵਿੱਚ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਪੰਜਾਬ ਪੁਲਿਸ ਵੱਲੋਂ ਚੰਗੀਆਂ ਅਚੀਵਮੈਂਟਸ ਜਿਹੜੀਆਂ ਆਲਰੇਡੀ ਕਈ ਚੀਜ਼ਾਂ ਮੀਡੀਆ 'ਚ ਆ ਚੁੱਕੀਆਂ, ਇੱਕ ਤਾਂ AGTF ਨੇ ਯੁਵਰਾਜ ਸਿੰਘ ਉਰਫ ਜੋਰਾ ਜਿਹੜਾ ਕਿ ਜਿਹੜਾ ਇੰਸੀਡੈਂਟ ਹੋਇਆ ਸੀ ਫਗਵਾੜੇ ਦੇ ਵਿੱਚ ਉਹਦੇ ਵਿੱਚ ਵਾਂਟਡ ਸੀਗਾ, ਉਸਨੂੰ ਅਰੈਸਟ ਕੀਤਾ ਹੈ। ਇਸ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਪੈਰੀ ਜਿਹੜਾ ਕਿ ਪ੍ਰਦੀਪ ਮਰਡਰ ਕਾਂਡ ਦੇ ਵਿੱਚ ਵਾਂਟਡ ਸੀਗਾ, ਉਹਨੂੰ ਹਿਮਾਚਲ ਤੋਂ ਜਿਹੜੇ ਸਾਡਾ ਸਪੈਸ਼ਲ ਸੈੱਲ ਆ SSO ਸੀ ਉਹਨਾਂ ਨੇ ਅਰੈਸਟ ਕੀਤਾ। ਗੁਰਪਿਆਰ ਸਿੰਘ ਏਲੀਅਸ ਜੰਡਾ ਜਿਹੜਾ ਹੈ ਇਹ ਫਿਰੋਜ਼ਪੁਰ ਪੁਲਿਸ ਨੇ ਅਰੈਸਟ ਕੀਤਾ ਸੀਗਾ, ਜਿਹੜਾ ਗਗਨ ਜੱਜ ਦਾ ਕੰਪਲੀਸ ਸੀਗਾ, ਉਹ ਵੀ ਥੋੜ੍ਹੇ ਜਿਹੇ ਇਨਕਾਊਂਟਰ ਤੋਂ ਬਾਅਦ ਇਹ ਅਰੈਸਟ ਹੋਇਆ ਸੀਗਾ। ਬਠਿੰਡਾ ਦੇ ਵਿੱਚ ਇੱਕ ਇੰਸੀਡੈਂਟ ਹੋਇਆ ਸੀਗਾ, ਡਾਕਟਰ ਦਿਨੇਸ਼ ਬਾਂਸਲ ਨੇ ਜਿਹੜੇ ਕਿ ਰਾਜ ਨਰਸਿੰਗ ਹੋਮ ਚਲਾਉਂਦੇ ਤਲਵੰਡੀ ਸਾਬੋ, ਉਹਨਾਂ ਤੋਂ ਐਕਸਟੋਰਸ਼ਨ ਦੀ ਡਿਮਾਂਡ ਕੀਤੀ ਸੀਗੀ, ਜਿਹਦੇ ਵਿੱਚ ਬਠਿੰਡਾ ਪੁਲਿਸ ਨੇ ਟੋਟਲ 7 ਅਕਿਊਜ਼ ਅਰੈਸਟ ਕੀਤੇ ਨੇ। 2 ਅਕਿਊਜ਼ ਜਿਹੜੇ ਨੇ ਉਹ ਇੱਕ ਇਨਕਾਊਂਟਰ ਹੋਣ ਤੋਂ ਬਾਅਦ 'ਚ ਅਰੈਸਟ ਕੀਤੇ ਨੇ, ਜਿਹਦੇ ਵਿੱਚ ਇੱਕ ਬੀਨੂ ਸਿੰਘ ਆ ਔਰ ਇੱਕ ਦਵਿੰਦਰ ਸਿੰਘ ਨਾਮ ਦਾ ਅਕਿਊਜ਼ ਆ। ਇਸ ਤੋਂ ਇਲਾਵਾ 5 ਅਕਿਊਜ਼ ਹੋਰ ਇਸ ਕੇਸ 'ਚ ਅਰੈਸਟ ਕੀਤੇ ਨੇ, ਜਿਹਦੇ ਵਿੱਚ ਪ੍ਰਦੀਪ ਸਿੰਘ ਚੀਨਾ ਮੰਨਾ ਪਰਮ ਅਤੇ ਬਲਵਿੰਦਰ ਸਿੰਘ ਏਲੀਅਸ ਬੱਬੂ। ਇਹ ਸਾਰੇ ਹੀ ਤਲਵੰਡੀ ਸਾਬੋ ਦੇ ਰਹਿਣ ਵਾਲੇ ਆ, 6 ਤਲਵੰਡੀ ਸਾਬੋ ਦੇ ਰਹਿਣ ਵਾਲੇ ਆ, ਇੱਕ ਦਾ ਪਿਛੋਕੜ ਸਰਦੂਲਗੜ੍ਹ ਦਾ ਵਾ ਜਿਹੜਾ ਕਿ ਜੱਸੀ ਪੌ ਵਾਲੀ ਪਿੰਡ ਆ ਬਠਿੰਡੇ ਦੇ ਲਾਗੇ, ਉੱਥੋਂ ਦਾ ਰਹਿਣ ਵਾਲਾ ਸੀਗਾ। ਸੋ ਇਹ ਵੀ ਇਮੀਡੀਏਟਲੀ ਇਹ ਕੱਲ੍ਹ ਦਾ ਇੰਸੀਡੈਂਟ ਸੀਗਾ, ਤੁਰੰਤ ਹਰਕਤ 'ਚ ਆਉਂਦੇ ਬਠਿੰਡਾ ਪੁਲਿਸ ਨੇ ਰਾਤ ਹੀ ਇਨਕਾਊਂਟਰ 'ਚ 2 ਬੰਦਿਆਂ ਨੂੰ ਅਰੈਸਟ ਕੀਤਾ, ਉਸ ਤੋਂ ਬਾਅਦ ਦੇ ਵਿੱਚ 5 ਬੰਦੇ ਜਿਹੜੇ ਨੇ ਉਹ ਫੋਲੋ ਅਪ ਦੇ ਵਿੱਚ ਅਰੈਸਟ ਹੋ ਗਏ। ਸੋ 7 ਹੀ ਅਕਿਊਜ਼ ਸੀਗੇ, ਇਹਨਾਂ ਨੇ 3 ਲੱਖ ਦੀ ਐਕਸਟੋਰਸ਼ਨ ਡਿਮਾਂਡ ਕੀਤੀ ਸੀ ਡਾਕਟਰ ਦਿਨੇਸ਼ ਬਾਂਸਲ ਤੋਂ, ਸੋ 7 ਦੇ 7 ਅਕਿਊਜ਼ ਜਿਹੜੇ ਨੇ ਅਰੈਸਟ ਹੋ ਗਏ ਨੇ। ਫਰਦਰ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਚੱਲ ਰਹੀ ਆ ਕਿ ਇਹ ਕੌਣ ਬੰਦਾ ਇਸ 'ਚ ਹੋਰ, ਜੇ ਕੋਈ ਕੌਨਸਪੀਰੇਸੀ 'ਚ ਹੋਏਗਾ ਤਾਂ ਉਹਦੀ ਵੀ ਅਰੈਸਟ ਕੀਤੀ ਜਾਏਗੀ। ਇਹਦੇ ਵਿੱਚ ਇਹਦੇ ਵਿੱਚ 3 ਕੇਸਿਸ ਆ ਮੇਨ, ਜਿਹਦੇ ਵਿੱਚ ਇੱਕ ਤਾਂ ਜਿਹੜਾ ਯੁਵਰਾਜ ਸਿੰਘ ਉਹ ਅਰੈਸਟ ਕੀਤਾ ਵਾ, ਯੁਵਰਾਜ ਸਿੰਘ ਜੋਰਾ, ਇੱਕ ਗੁਰਪਿਆਰ ਸਿੰਘ ਜੰਡਾ ਅਰੈਸਟ ਕੀਤਾ ਵਾ, ਇੱਕ ਬੀਨੂ ਸਿੰਘ ਜਿਹੜਾ ਉੱਥੇ ਅਰੈਸਟ ਹੋਇਆ ਵਾ ਬਠਿੰਡਾ ਦੇ ਵਿੱਚ। 3 ਤਾਂ ਲਾਸਟ ਵੀਕ ਹੋਏ ਆ,
ਇਹ ਕਿਸ ਤੋਂ ਪਹਿਲਾਂ ਵੀ ਅਰੈਸਟ ਕੀਤਾ ਸੀਗਾ, ਜਿਹੜਾ ਕਿ ਫਿਰੋਜ਼ਪੁਰ ਪੁਲਿਸ ਨੇ ਅਰੈਸਟ ਕੀਤਾ ਸੀਗਾ। ਹਾਂਜੀ 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 ਨਹੀਂ ਦੇਖੋ, ਇਹਦੇ 'ਚ ਤਿੰਨ ਇੰਸੀਡੈਂਟ, ਚਾਰ ਇੰਸੀਡੈਂਟ ਐਸੇ ਹੋਏ ਆ, ਉਹ ਚਾਰ ਇੰਸੀਡੈਂਟਸ ਦੇ ਵਿੱਚ ਜਿੰਨੇ ਵੀ ਪੁਲਿਸ ਨੇ ਫਾਇਲ ਕੀਤਾ ਪ੍ਰੋਪਰਲੀ, ਪੁਲਿਸ ਨੂੰ ਇੰਸਟਰਕਸ਼ਨ ਦਾ, ਦੇਖੋ ਇਹਦੇ ਵਿੱਚ ਲਾਅ ਬੜਾ ਕਲੀਅਰ ਆ, ਸੈਕਸ਼ਨ 100 ਆ IPC ਦਾ, ਕੋਈ ਵੀ ਰਾਈਟ ਟੂ ਪ੍ਰਾਈਵੇਟ ਡਿਫੈਂਸ ਟੂ ਪ੍ਰੋਪਰਟੀ ਅਤੇ ਬੋਡੀ ਦੇ ਵਿੱਚ ਰਿਟੈਲੀਏਟ ਕਰਨ ਦਾ ਰਾਈਟ ਆ ਪੁਲਿਸ ਨੂੰ। ਔਰ ਅਸੀਂ ਹੁਣ ਬਹੁਤ ਇਕੁਇਪ ਕੀਤਾ ਪੁਲਿਸ ਨੂੰ, ਵਧੀਆ ਵੈਪਨਰੀ ਪ੍ਰੋਵਾਈਡ ਕੀਤੀ ਹੈ ਗਰਾਊਂਡ ਲੈਵਲ ਦੇ ਉੱਤੇ, BP ਜੈਕਟਸ ਪ੍ਰੋਵਾਈਡ ਕੀਤੀਆਂ ਹੈ, ਔਰ ਇਹਨਾਂ ਨੂੰ ਪੂਰਾ ਇਕੁਇਪ ਕੀਤਾ ਕਿ ਜਿੱਥੇ ਕੋਈ ਪੁਲਿਸ 'ਤੇ ਫਾਇਰਿੰਗ ਕਰਦਾ ਵਾ ਐਜ਼ ਪਰ ਸੈਕਸ਼ਨ 100 ਆਫ IPC ਪੁਲਿਸ ਨੂੰ ਪੂਰਾ ਰਾਈਟ ਆ ਉਸ 'ਤੇ ਫਾਇਰ ਕਰਨ ਦਾ। ਔਰ ਇਹਦੇ 'ਚ ਬਹੁਤ ਸਖਤ ਰਹਿਤਾ ਨੇ ਕਿ ਉਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏ, ਜਿਹੜਾ ਪੁਲਿਸ 'ਤੇ ਫਾਇਰ ਕਰਦਾ ਵਾ ਉਹਦੇ ਖਿਲਾਫ਼ ਸੈਲਫ ਡਿਫੈਂਸ ਦੇ ਵਿੱਚ ਸਖਤ ਕਾਰਵਾਈ ਕੀਤੀ ਜਾਵੇ। ਸੋ ਇਸਮੇ ਪੁਲਿਸ ਕੀ ਪੋਲਿਸੀ ਬੜੀ ਕਲੀਅਰ ਹੈ ਕਿ ਸੈਕਸ਼ਨ 100 IPC ਕਾ ਹੈ, ਉਸਮੇ ਪੁਲਿਸ ਕੋ ਪੂਰਾ ਅਖਤਿਆਰ ਹੈ, ਅਗਰ ਕੋਈ ਫਾਇਰਿੰਗ ਕਰਤਾ ਹੈ ਪੁਲਿਸ ਪੇ ਤੋ ਪੁਲਿਸ ਰਿਟੈਲੀਏਟ ਕਰਤੀ ਹੈ ਉਸਮੇ, ਤੋ ਇਸਮੇ ਹਮਾਰੀ ਜ਼ੀਰੋ ਟੋਲਰੈਂਸ ਪੋਲਿਸੀ ਰਹੇਗੀ ਪੰਜਾਬ ਪੁਲਿਸ ਕੀ ਤਰਫ ਸੇ। ਸੈਲਫ ਡਿਫੈਂਸ ਮੇ ਪੂਰਨ ਰਾਈਟ ਹੈ ਪੁਲਿਸ ਕੋ, ਔਰ ਹਮਨੇ ਪੁਲਿਸ ਕੋ ਇਕਵਿਪ ਕੀਆ ਹੈ, ਉਨਕੋ ਵੈਪਨਸ, ਉਨਕੋ ਬੁਲਟ ਪਰੂਫ ਜੈਕਟਸ, ਉਨਕੋ ਵੈਪਨ ਕੀ ਟ੍ਰੇਨਿੰਗ ਅਭੀ ਰੀਸੈਂਟਲੀ ਹਮਨੇ ਦਿਲਵਾਈ ਹੈ, ਤੋ ਪੁਲਿਸ ਪੂਰੀ ਤਰ੍ਹਾਂ ਸੇ ਇਸਮੇ ਤਿਆਰ ਹੈ ਟੂ ਰਿਟੈਲੀਏਟ ਇਨ ਕੇਸ ਕੋਈ ਫਾਇਰ ਕਰੇ ਪੁਲਿਸ। ਉਹਦੇ 'ਚ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਫਰਦਰ ਅਜੇ ਡਿਟੇਲ ਦੇ ਰਿਲੇਟਡ ਨੇ, ਜਦੋਂ ਆਉਣਗੇ ਆਪਾਂ ਸ਼ੇਅਰ ਕਰਾਂਗੇ। ਇਸਮੇ ਜੋ ਹਮਾਰੇ ਜੈਸੇ ਜੇ ਬਠਿੰਡਾ ਕਾ ਹੁਆ ਹੈ ਕੇਸ, ਤੋ ਬਠਿੰਡਾ ਮੇਂ CIA ਜੋ ਸਟਾਫ ਹੈ ਉਨਕੇ ਦੋ ਵਿੰਗਸ ਹੈ, ਤੋ ਦੇ ਵਰ ਔਨ ਦੀ ਫੋਰ ਫਰੰਟ, ਤੋ ਉਨਕੇ ਪਾਸ ਰਹੇਗੀ। ਜੈਸੇ AGTF ਕੀ ਹਮਾਰੀ ਟੀਮਸ ਹੈ ਜੋ ਓਪਰੇਸ਼ਨਲ ਟੀਮਸ ਹੈ ਉਨਕੇ ਪਾਸ ਰਹੇਗੀ, ਇਸੀ ਤਰ੍ਹਾਂ ਸੇ ਡਿਸਟ੍ਰਿਕਟ ਮੇਂ ਜੋ ਸਪੈਸ਼ਲ ਟੀਮਸ ਹੈ, ਜੈਸੇ ਇਵਨ ਪੁਲਿਸ ਸਟੇਸ਼ਨ ਲੈਵਲ ਪੇ ਵੀ ਜੋ ਫਰੰਟ ਜੋ ਲਾਈਨ ਪੇ ਕਾਮ ਕਰਤੇ ਹੈ ਉਨ ਸਭ ਕੇ ਪਾਸ ਰਹੇਗੀ। ਦੇਖੋ ਜਿਹੜਾ ਆਪਾਂ ਜਦੋਂ ਸੈਲਫ ਡਿਫੈਂਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜੇ ਤਾਂ ਤੁਹਾਡਾ ਟਾਰਗੇਟ ਕਲੀਅਰ ਹੋਵੇ ਤਾਂ ਲੱਤ 'ਚ ਹੀ ਗੋਲੀ, ਕਿਉਂਕਿ ਉਹਦੇ 'ਚ ਇਹ ਹੁੰਦਾ ਹੈ ਕਿ ਪੁਲਿਸ ਕੋਸ਼ਿਸ਼ ਕਰਦੀ ਕਿ ਲੋਸ ਨਾ ਹੋਵੇ ਲਾਈਫ ਦਾ, ਪਰ ਨਾਲ ਦੀ ਨਾਲ ਕੁਸ਼ਚਨ ਇਹ ਹੈ ਕਿ ਜੇ ਕੋਈ ਕ੍ਰਿਮੀਨਲ ਪੁਲਿਸ ਨੂੰ ਮਜਬੂਰ ਕਰ ਦਿੰਦਾ ਹੈ ਤਾਂ ਫਿਰ ਰਿਟੈਲੀਏਟ ਕਰਕੇ ਕਿਸੇ ਵੀ ਐਕਸਟੈਂਟ ਤੱਕ। ਦੇਖੋ ਜਿਹੜਾ ਰਾਈਟ ਆ ਸੈਲਫ ਡਿਫੈਂਸ ਦਾ, ਜਿਹੜਾ ਪ੍ਰਾਈਵੇਟ ਡਿਫੈਂਸ ਦਾ ਰਾਈਟ ਹੈ, ਦੈਟ ਇਜ਼ ਟਿਲ ਕੋਜ਼ਿੰਗ ਡੈਥ, ਸੋ ਉਸ ਲੈਵਲ ਤੱਕ ਵੀ ਲਿਆ ਜਾ ਸਕਦਾ ਕਿ ਜੇ ਤੁਹਾਨੂੰ ਤੁਹਾਡੀ ਜਿੱਥੇ ਤੁਹਾਡੀ ਆਪਣੀ ਲਾਈਫ ਨੂੰ ਥਰੈਟਨਿੰਗ ਹੋ ਗਈ, ਤਾਂ ਸੈਕਸ਼ਨ 100 ਇਜਾਜ਼ਤ ਦਿੰਦਾ ਹੈ ਕਿ ਰਾਈਟ ਟੂ ਪ੍ਰਾਈਵੇਟ ਡਿਫੈਂਸ ਆਫ ਲਾਈਫ ਔਰ ਰਾਈਟ ਟੂ ਪ੍ਰਾਈਵੇਟ ਡਿਫੈਂਸ ਆਫ ਪ੍ਰੋਪਰਟੀ, ਜਿੱਦਾਂ ਰੋਬਰੀ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਹੀਨਸ ਕ੍ਰਾਈਮ ਦਾ ਅੰਜਾਮ ਦਿੰਦੇ ਹੋਏ। ਸਿਮੀਲਰਲੀ ਜੇ ਕੋਈ ਬੰਦਾ ਪੁਲਿਸ 'ਤੇ ਗੋਲੀ ਚਲਾਉਂਦਾ ਹੈ ਜਾਂ ਪੁਲਿਸ ਆਫਿਸਰਸ ਨੂੰ ਇਸ ਲਾਈਨ 'ਤੇ ਲੈ ਜਾਂਦਾ ਹੈ ਕਿ ਜਿੱਥੇ ਡੈਥ ਦਾ ਥ੍ਰੈਟ ਹੋਵੇ, ਉੱਥੇ ਰਿਟੈਲੀਏਟ ਕਰਕੇ ਈਵਨ ਰਾਈਟ ਟੂ ਪ੍ਰਾਈਵੇਟ ਡਿਫੈਂਸ 'ਚ ਡੈਥ ਕੋਜ਼ ਕਰਨ ਦਾ ਵੀ ਰਾਈਟ ਹੈਗਾ। ਦੇਖੋ ਹਮਾਰੇ ਪਾਸ ਸਭਸੇ ਬੜੀਆ ਵੈਪਨਸ ਹੈ, ਬਹੁਤ ਹੈ, ਬਟ AK-47 ਇਜ਼ ਸਟਿਲ ਦੀ ਬੈਸਟ ਵੈਪਨ, ਤੋ ਹਮਾਰੀ ਜਿਤਨੀ ਫਰੰਟ ਟੀਮਸ ਹੈ ਉਨ ਸਭ ਕੇ ਪਾਸ AK-47 ਤੋਂ ਮਿਨੀਮਮ ਹੈ, ਉਸਕੇ ਇਲਾਵਾ ਅਗਰ ਔਰ ਰਿਕੁਆਇਰਮੈਂਟ ਹੋਗੀ ਵੋ ਵੀ ਫੁਲਫਿਲ ਕੀ ਜਾਏਗੀ। ਉਨਕੇ ਪਾਸ ਰਹਿਤੀ ਹੈ, ਬਿਲਕੁਲ ਰਹਿਤੀ ਹੈ ਉਨਕੇ ਪਾਸ, ਨਹੀਂ ਹਮਾਰੇ ਪਾਸ ਵੀ ਹੈ ਔਰ ਵੈਪਨਰੀ, ਬਟ ਜੋ ਦੇਖਣੇ ਮੇਂ ਆਇਆ ਕਿ AK-47 ਰਿਟੈਲੀਏਸ਼ਨ ਮੇਂ ਇਟ ਇਜ਼ ਦੀ ਬੈਸਟ। ਇਸ ਕੇਸ ਮੇਂ ਇੱਕ ਤੋਂ ਜੋ ਸਭਸੇ ਪਹਿਲੇ ਥਾ ਗੁਰਪਿਆਰ ਸਿੰਘ ਜਾਂਡਾ, ਜੋ ਉਹਨਾਂ ਨੇ ਅਰੈਸਟ ਕੀਆ ਥਾ ਜੋ ਫਿਰੋਜ਼ਪੁਰ ਪੁਲਿਸ ਨੇ, ਦੂਸਰਾ ਯੁਵਰਾਜ ਸਿੰਘ ਜੋਰਾ ਹੈ ਜੋ ਹਮਾਰੀ AGTF ਨੇ ਅਰੈਸਟ ਕੀਆ, ਔਰ ਤੀਸਰਾ ਜੋ ਹੈ ਬੀਨੂ ਸਿੰਘ ਹੈ ਜੋ ਬਠਿੰਡਾ ਪੁਲਿਸ ਨੇ ਅਰੈਸਟ ਕੀਆ ਹੈ। ਜੋ ਬਠਿੰਡਾ ਪੁਲਿਸ ਨੇ ਅਰੈਸਟ ਕੀਏ ਉਨਸੇ ਹਮੇਂ ਇੱਕ 0.35 ਬੋਰ ਕਾ ਦੇਸੀ ਕੱਟਾ, ਇੱਕ 12 ਬੋਰ ਕਾ ਦੇਸੀ ਕੱਟਾ, ਔਰ 6 ਕਾਰਟ੍ਰਿਜਿਸ ਮਿਲੇ ਹੈ ਉਸਮੇ, ਸੋ ਉਹ ਅਭੀ ਬਾਕੀ ਇਨਵੈਸਟੀਗੇਸ਼ਨ ਅਭੀ ਇਸਮੇ ਫਰਦਰ ਚੱਲ ਰਹੀ ਹੈ। ਅਭੀ ਤੱਕ ਤੋ ਮਤਲਬ ਸਟੇਬਲ ਹੈ, ਜੋ ਅਭ ਤੱਕ ਇਨਫੋਰਮੇਸ਼ਨ ਹੈ ਅਭੀ ਤੱਕ ਸਟੇਬਲ ਹੈ। ਵੋ ਅਭੀ ਇਨਵੈਸਟੀਗੇਸ਼ਨ ਕਾ ਪਾਰਟ ਹੈ, ਅਭੀ ਵੋ ਚੱਲ ਰਹੀ ਹੈ, ਔਰ ਰਿਕਵਰੀਜ਼ ਪੇ ਅਭੀ ਐਫਰਟ ਕੀਆ ਜਾ ਰਿਹਾ ਹੈ। ਨਹੀਂ ਉਹਦੇ ਵਿੱਚ ਜਿੰਨਾ ਅੱਗੇ ਸੀਗਾ ਕਿ ਉਹਨੇ ਪੈਸੇ ਟ੍ਰਾਂਸਫਰ ਕੀਤੇ ਸੀ ਇੱਕ ਅਕਾਊਂਟ 'ਚ, ਫਰਦਰ ਉਹਨਾਂ ਨੇ ਅੱਗੇ ਬੰਦੇ ਜਿਹੜੇ ਸੀ ਉਹ ਹਾਇਰ ਕੀਤੇ ਸੀਗੇ,
ਜਿੰਨਾ ਪਾਰਟ ਆ ਉਹ ਆਲਰੇਡੀ ਔਨ ਐਵੀਡੈਂਸ ਔਨ ਰਿਕਾਰਡ ਹੈਗਾ ਹੈ ਜਿਹੜਾ ਪਾਰਟ ਸਰ ਇਸ ਤੋਂ ਇੱਕ ਸਵਾਲ ਹੋ ਰਿਹਾ ਕਿ 26 ਜਨਵਰੀ ਨੂੰ ਲੈ ਕੇ ਆਪਣੇ ਜਿਹੜਾ ਸਬਮਿਟ ਹੋਣ ਵਾਲਾ ਹੈ ਉਹਨੂੰ ਲੈ ਕੇ ਹਾਈ ਅਲਰਟ ਹੈ ਜਿਹੜਾ ਰੂਪੀ ਏਜੰਸੀ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਹੁਣ ਪੰਜਾਬ ਪੁਲਿਸ ਕਿਸ ਤਰ੍ਹਾਂ ਸਕਿਉਰਟੀ ਨੂੰ ਲੈ ਕੇ ਕਿਉਂਕਿ ਜਿਹੜਾ ਹੁਣ ਆਇਆ ਕਿ ਅਲਰਟ ਤੇ ਹੈਗਾ ਕਿਸੇ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਨੇ ਪੰਜਾਬ ਪੁਲਿਸ ਹੁਣ ਕਿਸ ਤਰ੍ਹਾਂ ਦੇਖ ਰਹੀ ਹੈ ਦੇਖੋ ਸਾਡਾ ਆਲਰੇਡੀ ਜਿਸ ਤਰ੍ਹਾਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸਾਡੇ ਕੋਲ ਬਹੁਤ ਇਫੈਕਟਿਵ ਸਾਡਾ ਸਪੈਸ਼ਲਾਈਜ਼ਡ ਵਿੰਗ ਆ ਪੰਜਾਬ ਪੁਲਿਸ ਦੇ ਕੋਲ ਇੱਕ ਤਾਂ ਇੰਟਰਨਲ ਸਕਿਉਰਿਟੀ ਵਿੰਗ ਆ ਸਾਡਾ ਇੱਕ ਕਾਊਂਟਰ ਇੰਟੈਲੀਜੈਂਸ ਵਿੰਗ ਆ ਦੋਨੋਂ ਵਿੰਗਸ ਇਨ ਕਲੈਬੋਰੇਸ਼ਨ ਕੰਮ ਕਰਦੇ ਆ ਮੇਨਲੀ ਪ੍ਰਾਇਮਰੀਲੀ ਜਿਹੜਾ ਇਹਨਾਂ ਦੋ ਵਿੰਗਸ ਦਾ ਫੋਕਸ ਆ ਉਹ ਕਿਸੇ ਵੀ ਤਰ੍ਹਾਂ ਦੀ ਸੈਬੋਟਾਜ ਐਕਟੀਵਿਟੀ ਕਿਸੇ ਤਰ੍ਹਾਂ ਦੀ ਟੈਰਰਿਸਟ ਐਕਟੀਵਿਟੀ ਨੂੰ ਅੰਜਾਮ ਕੋਈ ਦੇਣ ਦੀ ਕੋਸ਼ਿਸ਼ ਕਰਦਾ ਹੋਵੇ ਉਹਦੇ ਉੱਤੇ ਆ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਬਣੀ ਆ ਉਹ ਸਪੈਸ਼ਲਾਈਜ਼ਡ ਟਾਸਕ ਫੋਰਸ ਆ ਫੋਰਸ ਆ ਗੈਂਗਸਟਰਸ ਦੇ ਵਾਸਤੇ ਸੋ ਇਹ ਤਿੰਨੋਂ ਆਪਸ ਦੇ ਵਿੱਚ ਤਿੰਨੋਂ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ਡ ਜਿਹੜੇ ਸਾਡੇ ਵਿੰਗਸ ਨੇ ਬਹੁਤ ਕੋਆਰਡੀਨੇਸ਼ਨ ਨਾਲ ਕੰਮ ਕਰਦੇ ਆ ਜਿੱਦਾਂ ਪਿੱਛੇ ਤੁਸੀਂ ਦੇਖਿਆ ਕਿ ਈਵਨ ਨਾਰਕੋਟਿਕ ਕੰਟਰੋਲ ਬਿਊਰੋ ਨਾਲ ਬੜਾ ਕਲੋਜ਼ਲੀ ਕੰਮ ਕੀਤਾ ਸਿਮੀਲਰਲੀ ਜਿੰਨੀਆਂ ਵੀ ਸੈਂਟਰਲ ਦੀਆਂ ਏਜੰਸੀਜ਼ ਨੇ ਭਾਵੇਂ ਉਹ BSF ਤੋਂ ਲੈ ਕੇ ਕੋਈ ਵੀ ਹੋਰ ਏਜੰਸੀ ਹੋਵੇ ਉਹਨਾਂ ਸਾਰਿਆਂ ਦੇ ਨਾਲ ਬੜਾ ਕਲੋਜ਼ਲੀ ਕੰਮ ਕਰਦੇ ਆ ਸੋ 26 ਜਨਵਰੀ ਨੂੰ ਲੈ ਕੇ ਜੋ ਵੀ ਸੁਰੱਖਿਆ ਅਤੇ ਪ੍ਰਬੰਧ ਕਰਨ ਦੀ ਜ਼ਰੂਰਤ ਆ ਜੋ ਇਨਪੁੱਟਸ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਆ ਰਹੀਆਂ ਦੋ ਕੋਈ ਇਨਪੁੱਟ ਸ਼ੇਅਰ ਨਹੀਂ ਕੀਤੀ ਜਾ ਸਕਦੀ ਬਟ ਜੋ ਜੋ ਇੰਤਜ਼ਾਮ ਦੀ ਜ਼ਰੂਰਤ ਆ ਉਹ ਸਾਰੇ ਵਿੰਗਸ ਸਾਡੇ ਇਸ ਕੰਮ ਦੇ ਉੱਤੇ ਲੱਗੇ ਹੋਏ ਆ ਔਰ ਜ਼ਿਲ੍ਹਾ ਪੁਲਿਸ ਨੂੰ ਜ਼ਿਲ੍ਹਾ ਪੁਲਿਸ ਮੀਨਸ ਜਿਹੜੇ SSPs ਨੂੰ ਕਮਿਸ਼ਨਰੇਟਸ ਨੂੰ ਲਗਾਤਾਰ ਜਿਹੜੇ ਇਨਪੁੱਟਸ ਗਾਈਡੈਂਸ ਉਹ ਇਹਨਾਂ ਸਪੈਸ਼ਲਾਈਜ਼ਡ ਵਿੰਗਸ ਵੱਲੋਂ ਦਿੱਤੀ ਜਾਂਦੀ ਹੈ ਸਾਡੇ ਇੱਕ ਚੀਜ਼ ਹੋਰ ਇੱਕ ਬੜੀ ਸਮਝਣ ਵਾਲੀ ਹੈ ਕਿ ਪੰਜਾਬ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਗੈਂਗਸਟਰ ਜਿਹੜਾ ਉਹ ਜਾਂ ਤਾਂ ਹਿਮਾਚਲ ਚਲਾ ਜਾਂਦਾ ਹੈ ਰਾਜਸਥਾਨ ਚਲਾ ਜਾਂਦਾ ਹੈ ਜਾਂ ਹਰਿਆਣਾ ਚਲਾ ਜਾਂਦਾ ਹੈ ਇਸ ਨੂੰ ਕਿਸ ਤਰੀਕੇ ਨਾਲ ਸੰਪਰਕ ਕੀਤਾ ਜਾਂਦਾ ਹੈ ਕਿਉਂਕਿ ਨੇੜਲੇ ਸੂਬੇ ਦੇ ਵਿੱਚ ਚਲਾ ਜਾਂਦਾ ਹੈ ਦੇਖੋ ਜਿਹੜਾ ਜਿਹੜਾ ਜਿੱਥੋਂ ਤੱਕ ਗੈਂਗਸਟਰ ਦਾ ਉਹਦੇ 'ਚ ਜਿੱਦਾਂ ਮੈਂ ਦੱਸਿਆ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਹੈ ਉਹ ਸਾਡੀ ਕੋਆਰਡੀਨੇਟਿੰਗ ਏਜੰਸੀ ਹੈ ਫੋਰ ਐਨੀ ਐਕਸ਼ਨ ਅਗੇਂਸਟ ਗੈਂਗਸਟਰਸ ਸੋ ਜਿੱਥੇ ਇੱਦਾਂ ਦੀ ਇਨਫੋਰਮੇਸ਼ਨ ਹੁੰਦੀ ਜਿੱਦਾਂ ਆਪਾਂ ਪਿੱਛੇ ਮੁੰਬਈ 'ਚ ਦੇਖਿਆ ਨਵੀਂ ਮੁੰਬਈ ਦੇ ਵਿੱਚ ਤਾਂ ਤੁਰੰਤ ਇਨਫੋਰਮੇਸ਼ਨ ਸ਼ੇਅਰ ਕਰਕੇ ਉੱਥੋਂ ਦੀ ਪੁਲਿਸ ਦਾ ਪ੍ਰੋਪਰ ਆਪਾਂ ਨੂੰ ਕੋਆਪਰੇਸ਼ਨ ਮਿਲਦੀ ਹੈ ਸਿਮੀਲਰਲੀ ਰਾਜਸਥਾਨ ਦੇ ਵਿੱਚ ਦੇਖਿਆ ਸੋ ਸਾਰੇ ਆਪਸ ਦੇ ਵਿੱਚ ਟੱਚ 'ਚ ਨੇ ਈਵਨ ਜਿੱਥੇ ਕੋਈ ਕਈ ਵਾਰੀ 2-3 ਸਟੇਟਸ ਦੇ ਵਿੱਚ ਕੋਆਰਡੀਨੇਟ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਕਿਸੇ ਸੈਂਟਰਲ ਏਜੰਸੀ ਦੀ ਲੋੜ ਪੈਂਦੀ ਹੈ ਉਹਦੀ ਵੀ ਹੈਲਪ ਲਈ ਜਾਂਦੀ ਹੈ ਸੋ ਗੈਂਗਸਟਰਸ ਦੇ ਕੇਸ ਦੇ ਵਿੱਚ ਕੋਈ ਵੀ ਐਕਟੀਵਿਟੀ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ ਕੋਆਰਡੀਨੇਟਿੰਗ ਏਜੰਸੀ ਹੈ ਔਰ ਉਹਨਾਂ ਦਾ ਥਰੂ ਆਊਟ ਇੰਡੀਆ ਹਰ ਸਪੈਸ਼ਲਾਈਜ਼ਡ ਵਿੰਗਸ ਜਿਹੜੇ ਨੇ ਬਾਕੀ ਸਟੇਟਸ ਦੇ ਉਹਨਾਂ ਦੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਹੈ ਐਂਡ ਪ੍ਰੋਪਰ ਟੱਚ 'ਚ ਨੇ ਸਾਰੇ ਤਰੀਕਿਆਂ ਦੇ ਨਾਲ ਫੋਰਮਲੀ ਵੀ ਇਨਫੋਰਮਲੀ ਵੀ ਦੋਨੇ ਤਰੀਕਿਆਂ ਦੇ ਨਾਲ ਟੱਚ 'ਚ ਨੇ ਸੋ ਫਟਾਫਟ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ ਜੇ ਕਿਸੇ ਗੈਂਗਸਟਰ ਦਾ ਆਪਾਂ ਕਰ ਰਹੇ ਹਾਂ ਜਿੱਦਾਂ ਉਦਮ ਸੀਗਾ ਜਿਹੜਾ ਇਹ ਜਿਹੜਾ ਇੰਸੀਡੈਂਟ ਜਿਹੜਾ ਕੱਲ੍ਹ ਪਰਸੋਂ ਵਾਲਾ ਵੀ ਹੋਇਆ ਜਿਹੜਾ ਸੋ ਉਹਦੇ ਵਿੱਚ ਵੀ ਪ੍ਰੋਪਰ ਕੋਆਰਡੀਨੇਸ਼ਨ ਸੀ ਜੇ ਕਿਸੇ ਸੱਜੇ ਖੱਬੇ ਜਾਂਦਾ ਬੰਦਾ ਤਾਂ ਹਰਿਆਣਾ ਹਿਮਾਚਲ ਸਭ ਨਾਲ ਕੋਆਰਡੀਨੇਸ਼ਨ ਸੀ ਉਹ ਪਤਾ ਲੱਗ ਪਾਇਆ ਜੀ ਕਿਉਂਕਿ ਜਿਹੜੀ ਹੈ ਫੇਕ ਆਈਡੈਂਟੀਫਿਕੇਸ਼ਨ ਦਿਖਾ ਕੇ ਹੋਟਲ ਬੁੱਕ ਕੀਤੀ ਉਹ ਤਾਂ ਆ ਗਿਆ ਜੀ ਰਿਕਾਰਡ ਤੇ ਕਿ ਉਹਦਾ ਉਹਨੇ ਫੇਕ ਆਈਡੈਂਟੀ ਦੇ ਕੇ ਹੀ ਕੀਤਾ ਸੀਗਾ ਸਰ ਰਮਜ਼ਾਨ ਮਲਿਕ ਦੇ ਨਾਂ ਤੇ ਯੂਪੀ ਦਾ ਐਡਰੈਸ ਹੈਗਾ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਹੋਟਲਸ ਨੇ ਜਾਂ ਫਿਰ ਜਿਹੜੇ ਗੈਸਟ ਹਾਊਸ ਨੇ ਉਹ ਇਸੇ ਫੇਕ ਆਧਾਰ ਕਾਰਡ ਜਾਂ ਫੇਕ ਆਈਡੀ ਲੈ ਕੇ ਰੂਮ ਲੈ ਕੇ ਰਹਿੰਦੇ ਆ ਦੇਖੋ ਇਹਦੇ ਚ ਦੇਖੋ ਗਾਈਡਲਾਈਨਸ ਬੜੀਆਂ ਕਲੀਅਰ ਨੇ ਕਿ ਆਈ ਕਾਰਡ ਲੈਣਾ ਹੈ ਆਈਡੈਂਟੀ ਲੈਣੀ ਹਰ ਇੱਕ ਦੀ ਫਰਦਰ ਜਿਵੇਂ ਹੁਣ ਇੱਕ ਤਾਂ ਫੋਟੋ ਐਟਲੀਸਟ ਆਪਣੇ ਕੋਲ ਫੋਟੋ ਆ ਜਾਂਦੀ ਹੈ ਕਿਉਂਕਿ ਆਈ ਕਾਰਡ ਜੇ ਫੇਕ ਵੀ ਬਣਾਇਆ ਤਾਂ ਉਹਦੇ ਉੱਤੇ ਫੋਟੋ ਜ਼ਰੂਰ ਓਰਿਜਨਲ ਹੁੰਦੀ ਹੈ ਬੰਦੇ ਦੀ ਫੋਟੋ ਮੈਚ ਕੀਤੀ ਹੁੰਦੀ ਹੈ ਸੋ ਇੱਕ ਤਾਂ ਇਹ ਆ ਸੈਕਿੰਡ ਆ ਇਹ ਤਾਂ ਇੱਕ ਲਰਨਿੰਗ ਲੈਸਨ ਆ ਕਿ ਕ੍ਰੋਸ ਚੈਕਿੰਗ ਚੱਲਦੀ ਰਹਿਣੀ ਚਾਹੀਦੀ ਹੈ ਈਵਨ ਹੋਟਲਸ ਦੇ ਵਿੱਚ ਵੀ ਜਦੋਂ ਕਿਤੇ ਬੁਕਿੰਗ ਹੁੰਦੀ ਆ ਵਾਂਸ ਇਨ ਏ ਵਾਈਲ ਰੈਂਡਮ ਚੈਕਿੰਗ ਰੈਂਡਮ ਕ੍ਰੋਸ ਚੈਕਿੰਗ ਹੋਣੀ ਚਾਹੀਦੀ ਉਹਦੇ ਵਿੱਚ ਸੋ ਇਸ ਤਰ੍ਹਾਂ ਦਾ ਤਰੀਕਾ ਵੀ ਅਸੀਂ ਆਜ਼ਾਦ ਟਾਈਮ ਟੂ ਟਾਈਮ ਕਰਦੇ ਰਹਿੰਦੇ ਹਾਂ ਈਵਨ ਜਦੋਂ ਹੁਣ ਆਪਾਂ 26 ਜਨਵਰੀ 'ਤੇ ਸਪੈਸ਼ਲ ਆਪਾਂ ਚੈਕਿੰਗ ਚਲਾਉਣੀ ਹੈ ਹੁਣ ਜਦੋਂ ਤਾਂ ਉਸ ਚੈਕਿੰਗ ਦੇ ਵਿੱਚ ਵੀ ਹੋਟਲਸ ਦੇ ਵਿੱਚ ਸਰਾਵਾਂ ਦੇ ਵਿੱਚ ਹਰ ਜਗ੍ਹਾ 'ਤੇ ਚੈਕਿੰਗ ਕੀਤੀ ਜਾਂਦੀ ਹੈ ਕੌਣ ਆਇਆ ਕੌਣ ਗਿਆ ਈਵਨ ਕ੍ਰੋਸ ਚੈੱਕ ਕੀਤਾ ਜਾਂਦਾ ਕਈ ਵਾਰੀ ਆਪਣੇ ਕੋਲ ਜਿਵੇਂ ਉੱਥੇ ਬੰਦਾ ਰੁਕਿਆ ਹੈ ਆਈ ਕਾਰਡ ਵੀ ਹੈਗਾ ਸਭ ਕੁਝ ਹੈਗਾ ਉਹਨੂੰ ਕ੍ਰੋਸ ਚੈੱਕ ਵੀ ਰੈਂਡਮ ਸੈਂਪਲਿੰਗ ਕਰਕੇ ਵਿੱਚੋਂ ਕੁਛ ਸਿਲੈਕਟ ਕਰਕੇ ਜਿਵੇਂ ਤੁਸੀਂ ਕਹਿ ਲਓ ਕਿ 500 ਬੰਦਾ ਜੇ ਰੁਕਿਆ ਹੈ ਤਾਂ ਉਹਦੇ ਵਿੱਚੋਂ ਕੋਈ 10 ਬੰਦਿਆਂ ਨੂੰ ਰੈਂਡਮਲੀ ਚੈੱਕ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਪਿੱਛੇ ਵਾਲੇ ਐਡਰੈਸ ਠੀਕ ਨੇ ਸੋ ਕਈ ਤਰ੍ਹਾਂ ਦੇ ਆਪਾਂ ਜਿਹੜੇ ਤਰੀਕੇ ਆ ਸਿਕਿਉਰਿਟੀ ਜਦੋਂ ਚੈਕਿੰਗ ਕਰਦੇ ਹਾਂ ਉਹ 'ਚ ਵਰਤੇ ਜਾਂਦੇ ਇਸ ਤਰੀਕੇ ਅਜੇ ਨਹੀਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਸਾਡੇ ਨਹੀਂ ਅਜੇ ਡਾਇਰੈਕਟਲੀ ਨਹੀਂ ਇਸ ਤਰ੍ਹਾਂ ਦਾ ਕੋਈ ਆਇਆ ਨਹੀਂ ਆਈ ਮੀਨ ਟੂ ਸੇ ਕਿ ਇਸ ਤਰ੍ਹਾਂ ਦਾ ਐਵੀਡੈਂਸ ਨਹੀਂ ਆਇਆ ਦੇਖੋ ਇਹ ਚੀਜ਼ ਅਜੇ ਕੱਲ੍ਹ ਬੰਦੇ ਫੜੇ ਆ ਜਿਹੜਾ ਉਹ ਪੈਰੀ ਆ ਉਹ 'ਚ ਜੇ ਹੁਣ ਫਰਦਰ ਇਨਵੈਸਟੀਗੇਸ਼ਨ ਹੋਏਗੀ ਹੋ ਸਕਦਾ ਕੁਛ ਰਿਵੀਲ ਹੋ ਜਾਵੇ ਸਰ ਐਮਐਲਏ ਫਾਈਲ ਵੱਲੋਂ ਬੀਤੇ ਦਿਨ ਚਿੱਠੀ ਲਿਖੀ ਜਾਂਦੀ ਹੈ ਡੀਜੀਪੀ
साहब ने जिद ने कहा है कि साडे हल्के नशा सरेआम बिक रहा है, पुलिस की देख रेख थले बिक रहा है। ईवन उन्होंने चिट्ठी के मैनशन किया कि एस एच ओ फाइल 50,000 रुपया रिश्वत के सबूत भी अटैच करके लाए गए कि उस चीज़ के उत्ते कार्रवाई की। नहीं अजे साडे कोल आई नहीं जी, आएगी तो जो भी वेरीफिकेशन होएगी जरूर की जाएगी। 26 जनवरी और 15 अगस्त के जो डेज हैं ना, बहुत सैक्रोसेंक्ट हैं दोनों डेज। इस पे हमेशा पंजाब पुलिस की तरफ से बहुत सख्त जो हैं वो सिक्योरिटी अरेंजमेंट्स किए जाते हैं, और इस बार भी 26 जनवरी पे तरह तरह के इनपुट्स आते रहते हैं जो कि शेयर नहीं किए जा सकते, बट जो भी इनपुट्स आएंगे अदरवाइज ऑल्सो पुलिस की तरफ से प्रॉपर सिक्योरिटी अरेंजमेंट्स किए जाएंगे। उसमें इस इन अरेंजमेंट्स में हमारे सिक्योरिटी विंग के अलावा जो हमारे स्पेशलाइज्ड विंग हैं, इंटरनल सिक्योरिटी है, काउंटर इंटेलिजेंस है, जो कि टेररिज्म से रिलेटेड इश्यूज को देखते हैं, उनको भी सिक्योरिटी अरेंजमेंट्स में जो इनपुट्स जो लेके उसी हिसाब से फिर हम सिक्योरिटी प्रोग्राम डिज़ाइन करते हैं। और जब हम सिक्योरिटी अरेंजमेंट डिज़ाइन करते हैं तो हर तरह का थ्रेट जो है, हर तरह का थ्रेट माइंड में रख के फिर किया जाता है। तो इस बार भी उसी तरह से प्रॉपर अरेंजमेंट, सिक्योरिटी अरेंजमेंट्स किए जाएंगे। इट इज़ ऑलवेज नो 26 जनवरी इज ऑलवेज पीरियड इन विच हाई अलर्ट इज रिक्वायर्ड फ्रॉम द पुलिस। सो वी ऑन एवरी 26 जनवरी एंड ऑन एवरी 15th ऑफ अगस्त वी आर ऑलवेज ऑन हाई अलर्ट। सबमिट के जो रट जी और अलग तो अरेंजमेंट्स होंगे, वो बहुत डिटेल दे विच वर्कआउट किया जा रहा है, क्योंकि उसके विच फोर्स की रिक्वायरमेंट बड़ी डिफरेंट टाइप की होएगी। सो बहुत माइक्रो लैवल पर जाके उन्हें प्लान किया जा रहा है, किन्नी फोर्स की रिक्वायरमेंट होएगी, किस टाइप की रिक्वायरमेंट होएगी, किस टाइप के अरेंजमेंट्स होंगे, उन्हें बहुत माइन्यूटली वर्कआउट किया जा रहा है। सो वो इदा तो आप शेयर नहीं कर सकते कि फोर्स लगेगी या कि अरेंजमेंट्स होंगे, बट वो बहुत अलग तरह का अरेंजमेंट होगा।